मैंने पता नहीं कितने लै गए इन्होंने मुझे जाके मैंने पता नहीं की नशीली दवाई दी इन्होंने अश्लील वीडियो भी बनाई हुई है मेरी जेकर मैं अपने इन्होंने कहा कि अपने घर दस देना तो इन्होंने कहा कि मैं तुहाडे घर दियां नूं मार देना तो तैनूं भी मार देना है तो हुण जेकर मैं अपने घर दियां नूं अट के दस दिता है तो इन्होंने मेरे घर दियां उत्ते जानलेवा हमला किया है। वाहेगुरु जी का खालसा वाहेगुरु जी की फतेह। गुरु प्यारियो जिला कपूरथला तो एक अजिही शर्मनाक घटना सामने आ रही है जिसने इंसानियत शर्मसार कर दी है अते हैवानियत का असली चेहरा दुनिया नूं विखाया है जिथे पिंड डोगरवाल दे डेरा लुबाणा दे दो नौजवानों ने बारहवीं क्लास विच पढ़ रही विद्यार्थन नूं गन पॉइंट उत्ते किडनैप किया उसका बलात्कार किया उसकी अश्लील वीडियो तक बनाई अते उसनू यह धमकियां दित्तियां कि जेकर उसने किसी नूं भी इस बाबत दस्या तां उसके मापियां नूं मौत दे घाट उतार दिता जाएगा ते आखिर इस जबर तो तंग आई इस धी ने जदों इसका सच अपने मापियां नूं दस्या ते इन्हां गुंडियां नूं जिद्दां भड़क लगी कि धी ने अपने मापियां नूं सब कुछ दस दिता है तां यह गुंडे तेजधार हथियारां नाल लैस हो के इस पीड़ित परिवार के घर वड़े अते मापियां नूं तेजधार हथियारां नाल वड दिता जो हुण कपूरथला सिविल अस्पताल विखे जेरे इलाज ने ते हुण पीड़ित कुड़ी दे बयानां दे आधार दे उत्ते मामला दर्ज करके दोषियां नूं जल्द गिरफ्तार किया जाएगा अजिहे दावे पुलिस प्रशासन वल्लों कीते जा रहे ने। की नाम है जी अपना? बिशन सिंह जी। हांजी किहड़ा पिंड वा? पिंड डोगरावाल इंटू डेराल बाणा। हांजी की गल की होई सी बिशन जी? गल कल शामी कोई 6:30 मेरी कुड़ी नूं चुकन आ पए कुछ ते जानदे बंदे कुछ अणपछाते बंदे 25-30 बंदे लै गए पए पर मैं हैगा मात्र बंदा ते गरीब भी हैगा ते ये तां करके मेरे नाल धक्का करदे आ मेरे बच्चियां नूं भी तंग परेशान करदे आ ते मैं हाथ अपना वढा लिया बूटा मेरा लत्त गया तो सिर च भी सट्टां मेरे बहुत लगियां लत्तां बाहां ते भी लगियां पर मैं अपने बच्ची दे लागे नहीं जान दिता इन्हां। हाँ जी सर। की नाम की से? नाम एक रमन एक शेंटी एक उहदा चाचा रमन दा राजू दूजा एक परले बने रावा सिंघां दा राजू एक उहदा भरा जीतू ये पांच बंदे हैगे ते बहुत ज़्यादा अणपछाते बंदे ते हथियार लै के पए ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਇਨਸਾਫ ਮੰਗਦੇ ਪੁਲਿਸ ਪ੍ਰਸ਼ਾਸਨ ਤੋਂ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਨਸਾਫ ਦਿੱਤਾ ਜਾਵੇ। ਫਿਰ ਕੀ ਨਾਮ ਹੈ ਜੀ ਆਪਣਾ? ਹਾਂਜੀ ਕਿਹੜਾ ਪਿੰਡ ਵਾ? ਪਿੰਡ ਉਗਰਾਵਾਲ ਡੇਰਾ। ਹਾਂਜੀ ਕੀ ਗੱਲ ਕੀ ਹੋਈ ਸੀ? ਮੈਂ ਤਾਂ ਕਲਾਸ ਤੋਂ ਜਮਾਤ ਵਿੱਚ ਪੜ੍ਹਦੀ ਹਾਂ ਮੈਂ ਸਕੂਲ ਜਾਂਦੀ ਹੁੰਦੀ ਸੀ ਰਮਨ ਅਤੇ ਰਾਜੂ ਦੋਵੇਂ ਮੇਰਾ ਪਿੱਛਾ ਕਰਦੇ ਸੀਗੇ ਮੈਨੂੰ ਦਰੋਡੇ ਧਮਕਾਉਂਦੇ ਸੀ ਪਿਸਤੌਲ ਦੀ ਨੋਕ ਨਾਲ ਮੈਨੂੰ ਪਤਾ ਨਹੀਂ ਕਿੱਥੇ ਲੈ ਗਏ ਇਹਨਾਂ ਨੇ ਮੁੰਡੇ ਜਾ ਕੇ ਮੈਨੂੰ ਪਤਾ ਨਹੀਂ ਕੀ ਨਸ਼ੀਲੀ ਦਵਾਈ ਦਿੱਤੀ ਇਹਨਾਂ ਨੇ ਅਸ਼ਲੀਲ ਵੀਡੀਓ ਵੀ ਬਣਾਈ ਹੋਈ ਹੈ ਮੇਰੀ ਜੇਕਰ ਮੈਂ ਆਪਣੇ ਇਹਨਾਂ ਨੂੰ ਕਿਹਾ ਕਿ ਆਪਣੇ ਘਰ ਦੱਸ ਦੇਣਾ ਤਾਂ ਇਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਘਰਦਿਆਂ ਨੂੰ ਮਾਰ ਦੇਣਾ ਤਾਂ ਤੈਨੂੰ ਵੀ ਮਾਰ ਦੇਣਾ ਹੈ ਅਤੇ ਹੁਣ ਜੇਕਰ ਮੈਂ ਆਪਣੇ ਘਰਦਿਆਂ ਨੂੰ ਅੱਕ ਕੇ ਦੱਸ ਦਿੱਤਾ ਆ ਤਾਂ ਇਹਨਾਂ ਨੇ ਮੇਰੇ ਘਰਦਿਆਂ ਉੱਤੇ ਜਾਨਲੇਵਾ ਹਮਲਾ ਕੀਤਾ ਆ ਅਤੇ ਜੇਕਰ ਹੁਣ ਮੈਂ ਇਸ ਸੰਬੰਧੀ ਕੋਈ ਤੁਸੀਂ ਕੋਈ ਪਹਿਲਾਂ ਕੋਈ ਪੁਲਿਸ ਨੂੰ ਕੰਪਲੇਂਟ ਕੀਤੀ ਜਾਂ ਆਪਣੇ ਪੇਰੈਂਟਸ ਨੂੰ ਦੱਸਿਆ ਸੀ? ਨਹੀਂ ਸਰ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਡਰਾਇਆ ਧਮਕਾਇਆ ਸੀ ਇਸ ਲਈ ਮੈਂ ਨਹੀਂ ਦੱਸਿਆ। ਤਾਂ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਮੈਂ ਮੰਗ ਕਰਦੀ ਹਾਂ ਕਿ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਮਤਲਬ ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਇਹ ਡਰਾ ਧਮਕਾ ਕੇ ਤੁਹਾਡਾ ਸਰੀਰਕ ਸ਼ੋਸ਼ਣ ਕਰਦੇ ਸੀ? ਸਰ ਇਹ ਪਿਸਤੌਲ ਦੀ ਨੋਕ ਨਾਲ ਕਰਦੇ ਸੀ ਸਟੀਲ ਦੀ ਮੋਟ ਵਾਲਾ ਪਿਸਤੌਲ ਸੀ ਜਿਨ੍ਹਾਂ ਨਾਲ ਇਹਨਾਂ ਇਹ ਦੋਵੇਂ ਮੈਨੂੰ ਡਰਾਉਂਦੇ। ਕੀ ਨਾਮ ਕੀ ਸੀ ਉਹਨਾਂ ਦੇ? ਰਾਜੂ ਤੇ ਰਮਨ। ਇਹ ਕਿੱਥੇ ਦੇ? ਇਹ ਡੇਰਾਵਾਲ। ਕੀ ਮਾਮਲਾ ਸੀ ਜਿਹੜਾ ਕਿ ਅੱਜ ਜਿਹੜੇ ਹੋਸਪਿਟਲ ਦਾਖਲ ਹੋਏ ਤਾਂ ਇਹਨਾਂ ਵੱਲੋਂ ਇੰਡੀਕੇਸ਼ਨ ਕਰੀ ਜਾ ਰਹੀ ਸੀ ਕਿ ਉਹਨਾਂ ਉੱਤੇ ਹਮਲਾ ਕੀਤਾ ਗਿਆ ਕੀ ਸਰ ਮਾਮਲਾ ਸੀ? ਇੱਥੇ ਜੀ ਡੋਗਰਾਵਾਲ ਦਾ ਹੈਗਾ ਬਿਸ਼ਨ ਸਿੰਘ ਸਾਨੂੰ ਬਚਨ ਸਿੰਘ ਦਾ 45 ਉਮਰ ਆ ਇਹਨਾਂ ਦਾ ਕਿਤੇ ਕੱਲ੍ਹ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਇਹਨਾਂ ਦੇ ਸੱਟਾਂ ਸੁੱਟਾਂ ਲੱਗੀਆਂ ਆ ਉਸ ਕਰਕੇ ਇੱਥੇ ਬਿਆਨ ਲੈਣ ਆਏ ਸੀ ਇਹਨਾਂ ਨੇ 5 ਦੋਸ਼ੀ ਲਿਖਾਏ ਆ ਉਹ 5 ਦੋਸ਼ੀਆਂ ਦੇ ਵਿਰੁੱਧ ਜਿਹੜੀ ਜੋ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਅਤੇ ਵੱਧ ਤੋਂ ਵੱਧ ਉਹਨਾਂ ਨੂੰ ਸਜ਼ਾ ਦਵਾਵਾਂਗੇ। ਇਹਨਾਂ ਵੱਲੋਂ ਲੜਕੀ ਵੱਲੋਂ ਇਹ ਵੀ ਐਲੀਗੇਸ਼ਨ ਕਰੀ ਜਾ ਰਹੇ ਕਿ ਉਹਨਾਂ ਮੁੰਡਿਆਂ ਵੱਲੋਂ 1 ਤੋਂ ਉਹਨਾਂ ਕੋਲ ਸਰੀਰਕ ਸ਼ੋਸ਼ਣ ਵੀ ਕੀਤਾ ਜਾ ਰਿਹਾ। ਬਿਲਕੁਲ ਜੀ ਬਿਲਕੁਲ ਜੋ ਉਹਨਾਂ ਨੇ ਲਿਖਾਇਆ ਉਹ ਬਿਆਨਾਂ ਦੇ ਵਿੱਚ ਦਰਜ ਕੀਤਾ ਗਿਆ ਵਾ ਕਿ ਇਹ ਬੇਟੀ ਦੇ ਨਾਲ ਜਿਹੜੀ ਕੋਈ ਮਾੜੀ ਚੰਗੀ ਹਰਕਤ ਕਰਦੇ ਸੀ ਇਸ ਕਰਕੇ ਇਹ ਜਿਹੜਾ ਵਿਵਾਦ ਖੜ੍ਹਾ ਹੋ ਗਿਆ ਝਗੜੇ ਦਾ ਕਾਰਨ ਵੀ ਇਹੋ ਬਣਿਆ।
ਅਸੀਂ ਹੁਣ ਬਿਆਨ ਲਿਖ ਲਿਆ ਜੀ, ਬਿਆਨਾਂ ਦੇ ਆਧਾਰ 'ਤੇ ਆਪਾਂ ਬਣਦੀ ਕਾਰਵਾਈ ਕਰਾਂਗੇ, ਮੁਕੱਦਮਾ ਦਰਜ ਕਰਾਂਗੇ ਆਪਾਂ। ਹਾਂਜੀ ਹਾਂਜੀ, ਕਿਹੜਾ ਪਿੰਡ ਆ? ਪਿੰਡ ਡੋਕਰਾਵਾਂ ਦੇ ਨਾਲ। ਹਾਂਜੀ, ਕੀ ਗੱਲ ਕੀ ਹੋਈ ਸੀ? ਗੱਲ ਇਹ ਆ ਵੀ ਬੱਚੀ ਮੇਰੀ ਸਕੂਲੇ ਜਾਂਦੀ ਆ, ਇਹਨੂੰ ਇਹ 1.5 ਸਾਲ ਹੋ ਗਿਆ ਪਰੇਸ਼ਾਨ ਕਰਦਾ, ਸਾਨੂੰ ਦੱਸਦੀ ਨਹੀਂ ਰਹੀ। ਜੇ ਹੁਣ ਸਾਨੂੰ ਪਤਾ ਲੱਗਾ ਤਾਂ ਹੁਣ ਉਹ ਸਾਡੇ ਵੈਰ ਪੈ ਕੇ ਮੁੰਡੇ 2-3 ਵਾਰ ਲਿਆ ਕੇ ਅਤੇ ਇਹਨਾਂ ਸਾਨੂੰ ਹਮਲੇ ਕਰਾਏ ਆ। ਕੱਲ੍ਹ ਸਾਡੇ ਪੋਟਿਆਂ ਦੇ ਉੱਤੋਂ ਦੀ ਚੜ ਕੇ ਇੱਟ ਵੱਟਾ ਬਹੁਤ ਚਲਾਇਆ, ਮੇਰੇ ਘਰ ਵਾਲੇ ਨੂੰ ਮਾਰ ਦੇਣ ਲੱਗੇ। ਗਾੜੀ ਮੈਂ ਵੇਖੋ ਅੱਗੇ ਭੱਜ ਕੇ ਹੋਈ, ਮੇਰੇ ਵੀ ਲੀੜਾ ਕੱਪੜਾ ਪਾ ਰਿਹਾ ਅਤੇ ਮੇਰੇ ਆਪ ਮੋਢੇ 'ਤੇ ਸੱਟ ਲਾਈ ਇਹਨਾਂ ਨੇ। ਮੈਂ ਬਹੁਤ ਪਰੇਸ਼ਾਨ ਹਾਂ, ਮੈਨੂੰ ਇਨਸਾਫ ਚਾਹੀਦਾ, ਮੇਰੀ ਬੱਚੀ ਆ, ਮੈਂ ਬਹੁਤ ਜ਼ਿਆਦਾ ਦੁਖੀ ਹਾਂ। ਮੈਂ ਦੋਗਣੀ ਬੱਚੀ ਦਾ ਵੇਖ ਸਕਦੀ ਭਾਅ ਜੀ, ਉਹ ਇੰਨੀ ਦੁਖੀ ਹੋ ਗਈ ਆ। ਤਾਂ ਹੁਣ ਤੁਸੀਂ ਕੀ ਮੰਗ ਕੀ ਕਰਦੇ? ਕਹਿੰਦੇ ਸਾਨੂੰ ਇਨਸਾਫ ਚਾਹੀਦਾ, ਧੀ ਹੈ, ਕੱਲ੍ਹ ਨੂੰ ਬੱਚੀ ਇਹ ਵੀ ਹੋਣੀ। ਸਰ, ਮੇਰਾ ਨਾਮ ਰਾਜੂ ਖਾਨਪੁਰੀ ਆ ਅਤੇ ਮੈਂ ਇਸ ਕੁੜੀ ਦਾ ਮਾਮਾ ਲੱਗਦਾ ਵਾਂ। ਅਤੇ ਮੈਨੂੰ ਜਦੋਂ ਮੇਰੀ ਸਿਸਟਰ ਨੇ ਦੱਸਿਆ ਵਾ ਵੀ ਇਹ ਮੁੰਡਾ ਬਹੁਤ ਤੰਗ ਪਰੇਸ਼ਾਨ ਕਰਦਾ ਵਾ ਅਤੇ ਇਹਨੂੰ ਵੀਰੇ ਚੱਲ ਕੁੜੀ ਨੂੰ ਛੱਡ ਕੇ ਆ, ਮਾੜਾ ਫੀਸ ਦੇ ਕੇ ਆਉਣੀ ਆ ਮੈਡਮਾਂ ਨੂੰ, ਕਿਉਂਕਿ ਕਰੋਨਾ ਬਾਰੇ ਸਕੂਲ ਤਾਂ ਅੱਗੇ ਨਹੀਂ ਲੱਗਦੇ ਪਏ। ਮੈਂ ਜਦੋਂ ਇਹਨੂੰ ਆਪਣੀ ਭਾਣ ਜੀ ਨੂੰ ਛੱਡਣ ਗਿਆ ਵਾਂ ਅਤੇ 3-4 ਉਹਨੇ ਮੁੰਡੇ ਪਿੱਛੇ ਪਾਏ ਹੋਏ ਸੀਗੇ ਅਤੇ ਪਿੱਛੋਂ ਹੀ ਧਮਕੀਆਂ ਦਿੰਦੇ ਆਣ ਦੇ ਹੈਗੇ ਅਤੇ ਮੈਂ ਜਦੋਂ ਮੋਟਰਸਾਈਕਲ ਰੋਕਿਆ ਵਾ ਤਾਂ ਪਿੱਛੇ ਦੇ ਪਿੱਛੇ ਉਹ 3 ਮੁੰਡੇ ਭੱਜ ਗਏ ਆ ਅਤੇ ਇਹ ਬਹੁਤ ਕੁੜੀ ਨੂੰ ਤੰਗ ਪਰੇਸ਼ਾਨ ਸਰ ਕਰਦੇ ਪਏ ਆ। ਅਤੇ ਪਹਿਲਾਂ ਤਾਂ ਭੈਣ ਮੇਰੀ ਨੇ ਦੱਸਿਆ ਨਹੀਂ ਮੈਨੂੰ, ਪਰ ਹੁਣ ਚਲੋ ਸ਼ਰਮਿੰਦਗੀ ਤੌਰ 'ਤੇ ਇਹਨਾਂ ਨੇ ਮੈਨੂੰ ਦੱਸ ਦਿੱਤਾ ਵਾ ਅਤੇ ਇਹਨਾਂ ਦੀ ਕੋਈ ਹੱਕ ਰਸੀ ਨਹੀਂ ਹੋ ਰਹੀ। ਬਸ ਪੰਚਾਇਤ ਜਾਂ ਪੁਲਿਸ ਵਾਲੇ ਆ ਇਹ ਬੈਠ ਕੇ ਇਹਨਾਂ ਦਾ ਕੋਈ ਰਾਜ਼ੀਨਾਮਾ ਕਰਾ ਦਿੰਦੇ ਆ, ਲੇਕਿਨ ਉਹ ਦੋਸ਼ੀਆਂ ਨੂੰ ਕੋਈ ਵੀ ਸਜ਼ਾ ਨਹੀਂ ਦਿੰਦੇ। ਮੇਰੀ ਸਭ ਸਰਕਾਰ ਮੂਹਰੇ ਔਰ ਚੰਗੇ ਸਮਾਜ ਸੇਵਕਾਂ ਮੂਹਰੇ ਬੇਨਤੀ ਹੈ ਕਿ ਇਸ ਗਰੀਬ ਜਨਤਾ ਵਾਂਗੂੰ ਇਹਨਾਂ ਨੂੰ ਇਨਸਾਫ ਮਿਲੇ, ਕਿਉਂਕਿ ਹੋਰ ਵੀ ਜਿਹੜੀਆਂ ਸਮਾਜ 'ਤੇ ਆਪਣੀਆਂ ਲੜਕੀਆਂ ਵਾ ਇਹਨਾਂ ਨੂੰ ਕੋਈ ਤੰਗ ਪਰੇਸ਼ਾਨ ਨਹੀਂ, ਗੁੰਡਿਆਂ ਕਰਦੀਆਂ ਨੂੰ ਬੰਦ ਕੀਤਾ ਜਾਵੇ। ਜਿਹੜੀ ਤੁਹਾਡੀ ਭਾਣਜੀ ਹੈ ਤਾਂ ਕਿਹੜੀ ਕਲਾਸ 'ਚ ਪੜ੍ਹਦੀ ਆ? ਸਰ ਪਲੱਸ 2 'ਚ ਪੜ੍ਹਦੀ ਆ। ਅੱਛਾ, ਤਾਂ ਪਹਿਲਾਂ ਵੀ ਕੋਈ ਇੱਧਰ ਕੋਈ ਘਟਨਾ ਵਾਪਰੀ ਸੀ? ਸਰ ਪਹਿਲਾਂ ਇਹ ਘੱਟ ਤੋਂ ਘੱਟ ਵੀ 1.5 ਸਾਲ ਹੋ ਗਿਆ ਇਹ ਮੁੰਡਾ ਤੰਗ ਕਰਦਾ ਪਿਆ ਜੀ। ਗੁਰਪਿਆਰੇ, ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਅਜਿਹੇ ਇਨਸਾਨ ਜੋ ਕਿਸੇ ਦੀ ਧੀ ਭੈਣ ਉੱਤੇ ਮਾੜੀ ਨਜ਼ਰ ਰੱਖਦੇ ਹੋਣ ਉਹ ਕਦੇ ਵੀ ਬਖਸ਼ੇ ਨਹੀਂ ਜਾਣੇ ਚਾਹੀਦੇ। ਅਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਬਲਾਤਕਾਰ ਜਿਹੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਤਾਂ ਫਾਸਟ ਟਰੈਕ ਕੋਰਟ ਦੇ ਵਿੱਚ ਤੁਰੰਤ ਅਜਿਹੀ ਸਜ਼ਾ ਸੁਣਾਉਣੀ ਚਾਹੀਦੀ ਹੈ ਜਿਸ ਨੂੰ ਵੇਖ ਕੇ ਹਰ ਕਿਸੇ ਦੇ ਲੂੰ ਗੰਢੇ ਖੜ੍ਹੇ ਹੋ ਜਾਣ ਅਤੇ ਕਦੇ ਕਿਸੇ ਦੇ ਜ਼ਹਿਨ ਦੇ ਵਿੱਚ ਇਹ ਆਵੇ ਹੀ ਨਾ ਕਿ ਕਿਸੇ ਦੀ ਧੀ ਭੈਣ ਦੇ ਨਾਲ ਉਹ ਜ਼ਬਰ ਕਰਨ ਦੀ ਸੋਚ ਵੀ ਜਾਵੇ। ਪਰ ਕਾਨੂੰਨ ਵਿਵਸਥਾ ਦੇ ਵਿੱਚ ਕਿਤੇ ਨਾ ਕਿਤੇ ਘਾਟਾ ਨੇ, ਸਾਡੀਆਂ ਸਜ਼ਾਵਾਂ ਦੇ ਵਿੱਚ ਕਿਤੇ ਨਾ ਕਿਤੇ ਘਾਟਾ ਨੇ। ਜੋ ਬਲਾਤਕਾਰ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਨੇ, ਧੀਆਂ ਨਾਲ ਜ਼ਬਰ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਨੇ ਅਤੇ ਡਰ ਕਾਨੂੰਨ ਵਿਵਸਥਾ ਦਾ ਇਹਨਾਂ ਗੁੰਡਿਆਂ ਦੇ ਅੰਦਰੋਂ ਮੁੱਕਦਾ ਜਾ ਰਿਹਾ ਹੈ। ਤੁਸੀਂ ਸਭ ਕੀ ਸੋਚਦੇ ਹੋ ਇਸ ਸਾਰੇ ਮਸਲੇ ਉੱਤੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਬਾਣੀ ਵਾਸਤੇ ਕਪੂਰਤਾ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਕੀ ਮਾਮਲਾ ਸੀ ਜਿਹੜਾ ਕਿ ਅੱਜ ਜਿਹੜੇ ਹੋਸਪਿਟਲ ਦਾਖਲ ਹੋਏ ਅਤੇ ਇਹਨਾਂ ਵੱਲੋਂ ਐਲੀਗੇਸ਼ਨ ਕਰੀ ਜਾ ਰਹੀ ਕਿ ਉਹਨਾਂ ਉੱਤੇ ਹਮਲਾ ਕੀਤਾ ਗਿਆ? ਇੱਥੇ ਜੀ ਡੋਗਰਾਵਾਲ ਦਾ ਹੈਗਾ ਬਿਸ਼ਨ ਸਿੰਘ ਸਨ ਬਚਨ ਸਿੰਘ ਦਾ, 45 ਸਾਲ ਉਮਰ ਆ। ਇਹਨਾਂ ਦਾ ਕਿਤੇ ਕੱਲ੍ਹ ਝਗੜਾ ਹੋਇਆ ਸੀ, ਝਗੜੇ ਦੇ ਵਿੱਚ ਇਹਨਾਂ ਦੇ ਸੱਟਾਂ ਸੁੱਟਾਂ ਲੱਗੀਆਂ ਆ, ਉਸ ਕਰਕੇ ਇੱਥੇ ਬਿਆਨ ਲੈਣ ਆਏ ਸੀ। ਇਹਨਾਂ ਨੇ 5 ਦੋਸ਼ੀ ਲਿਖਾਏ ਆ, ਉਹ 5 ਦੋਸ਼ੀਆਂ ਦੇ ਵਿਰੁੱਧ ਜਿਹੜੀ ਜੋ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਅਤੇ ਵੱਧ ਤੋਂ ਵੱਧ ਉਹਨਾਂ ਨੂੰ ਸਜ਼ਾ ਦਵਾਵਾਂਗੇ। ਬਿਲਕੁਲ ਜੀ ਬਿਲਕੁਲ, ਜੋ ਉਹਨਾਂ ਨੇ ਲਿਖਾਇਆ ਉਹ ਬਿਆਨਾਂ ਦੇ ਵਿੱਚ ਦਰਜ ਕੀਤਾ ਗਿਆ ਵਾ ਕਿ ਇਹ ਬੇਟੀ ਦੇ ਨਾਲ ਜਿਹੜੀ ਕੋਈ ਮਾੜੀ ਚੰਗੀ ਹਰਕਤ ਕਰਦੇ ਸੀ, ਇਸ ਕਰਕੇ ਇਹ ਜਿਹੜਾ ਵਿਵਾਦ ਖੜ੍ਹਾ ਹੋ ਗਿਆ, ਝਗੜੇ ਦਾ ਕਾਰਨ ਵੀ ਇਹੋ ਬਣਿਆ। ਅਸੀਂ ਹੁਣ ਬਿਆਨ ਲਿਖ ਲਿਆ ਜੀ, ਬਿਆਨਾਂ ਦੇ ਆਧਾਰ 'ਤੇ ਆਪਾਂ ਬਣਦੀ ਕਾਰਵਾਈ ਕਰਾਂਗੇ, ਮੁਕੱਦਮਾ ਦਰਜ ਕਰਾਂਗੇ ਆਪਾਂ। ਹਾਂਜੀ ਹਾਂਜੀ, ਕਿਹੜਾ ਪਿੰਡ ਆ? ਪਿੰਡ ਡੋਕਰਾਵਾਂ ਦੇ ਨਾਲ। ਹਾਂਜੀ, ਕੀ ਗੱਲ ਕੀ ਹੋਈ ਸੀ? ਗੱਲ ਇਹ ਆ ਵੀ ਬੱਚੀ ਮੇਰੀ ਸਕੂਲੇ ਜਾਂਦੀ ਆ, ਇਹਨੂੰ ਇਹ 1.5 ਸਾਲ ਹੋ ਗਿਆ ਪਰੇਸ਼ਾਨ ਕਰਦਾ, ਸਾਨੂੰ ਦੱਸਦੀ ਨਹੀਂ ਰਹੀ। ਜੇ ਹੁਣ ਸਾਨੂੰ ਪਤਾ ਲੱਗਾ ਤਾਂ ਹੁਣ ਉਹ ਸਾਡੇ ਵੈਰ ਪੈ ਕੇ ਮੁੰਡੇ 2-3 ਵਾਰ ਲਿਆ ਕੇ ਅਤੇ ਇਹਨਾਂ ਸਾਨੂੰ ਹਮਲੇ ਕਰਾਏ ਆ। ਕੱਲ੍ਹ ਸਾਡੇ ਪੋਟਿਆਂ ਦੇ ਉੱਤੋਂ ਦੀ ਚੜ ਕੇ ਇੱਟ ਵੱਟਾ ਬਹੁਤ ਚਲਾਇਆ, ਮੇਰੇ ਘਰ ਵਾਲੇ ਨੂੰ ਮਾਰ ਦੇਣ ਲੱਗੇ। ਗਾੜੀ ਮੈਂ ਵੇਖੋ ਅੱਗੇ ਭੱਜ ਕੇ ਹੋਈ, ਮੇਰੇ ਵੀ ਲੀੜਾ ਕੱਪੜਾ ਪਾ ਰਿਹਾ ਅਤੇ ਮੇਰੇ ਆਪ ਮੋਢੇ 'ਤੇ ਸੱਟ ਲਾਈ ਇਹਨਾਂ ਨੇ।
मैं बहुत परेशान हाँ, मैं इंसाफ चाहिए, मेरी बच्ची है, मैं बहुत ज़्यादा दुखी हाँ, मैं तो अपनी बच्ची का वेख सकती भाजी, मैं इन्नी दुखी हो गई हूँ। तो हम तुम की मांग की करते हैं, मैंने सामने इंसाफ चाहिए, ठीक है कल बच्ची आई भी होनी।